ਕਬਰਾ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜ ਜਤਿੰਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਸਰਵੀ ਇੱਕ ਵਾਰ ਫਿਰ ਤੁਹਾਜ਼ਰਾਂ ਸਵਾਗਤ ਹੁੰਦਾ ਸਭ ਦਾ ਕਬਰਾ ਦੇਸ ਬੁਲੇਟਿਨ ਦੇ ਵਿੱਚ ਪੇਸ਼ ਹੋਣਾ ਅੱਜ ਦੀਆਂ ਕੁਝ ਖਾਸ ਖ਼ਬਰਾਂ ਤੇ ਖ਼ਬਰਾ ਗਾਜ਼ਾ ਯੁੱਧ ਵਿੱਚ ਹੁਣ ਤੱਕ ਸੰਯੁਕਤ ਰਾਸ਼ਟਰ ਦੇ 102 ਮੁਲਾਜ਼ਮਾਂ ਦੀ ਮੌਤ ਹਮਾਸ ਕਮਾਂਡਰ ਟੇਰ ਭਾਰਤ ਚ ਵੱਧੀ ਵਿਦੇਸ਼ੀ ਵਿਦਿਆਰਥੀਆਂ ਦੀ ਦਿਲਚਸਪੀ ਭਾਰਤੀ ਵੰਸਵੰਤਾ ਨੇ 모ਹੇ ਵਿਦੇਸ਼ੀਆਂ ਦੇ ਦਿਨ ਭਾਰਤ ਦੇ ਦੋ ਤੂਫਾਨਾਂ ਦਾ ਖਤਰਾ ਆਈਐਮਡੀ ਦਾ ਅਲਰਟ ਜਾਰੀ ਪੰਜਾਬ ਵਿਧਾਨ ਸਭਾ اجلاس ਨੂੰ ਲੈ ਕੇ ਆਈ ਨਵੀਂ ਅਪਡੇਟ ਪੰਜਾਬ ਚ ਪ੍ਰਾਲੀ ਪ੍ਰਬੰਧਨ ਮਸ਼ੀਨਾਂ ਖਰੀਦਣ ਚ ਹੋਇਆ 140 ਕਰੋੜ ਦਾ ਕਪਲਾ ਕੇਂਦਰ ਨੇ ਰੋਕੀ ਸਬਸਿਡੀ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਦਲੀਲ ਖਾਰਿਜ 5994 ईटीटी टीचरਾਂ ਦੀ ભરਤੀ ਤੇ ਰੋਕ ਹਟਾਉਣ ਤੋਂ ਇਨਕਾਰ ਉਨ੍ਹਾਂ ਕਵਰਾ ਵਿਸਤਾਰ ਦੇ ਨਾਲ ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਕਹਿਣਾ ਹੈ ਕਿ ਇਜ਼ਰਾਈਲ ਹਮਾਸ ਯੁੱਧ ਵਿੱਚ ਹੁਣ ਤੱਕ ਸੰਯੁਕਤ ਰਾਸ਼ਟਰ ਦੇ 102 ਕਰਮਚਾਰੀ ਮਾਰੇ ਗਏ ਹਨ ਨਾਲ ਹੀ ਇਸ ਲੜਾਈ ਦੇ ਵਿੱਚ ਸਟਾਫ ਦੇ 27 ਮੁਲਾਜ਼ਮ ਜ਼ਖਮੀ ਹੋਏ ਹਨ ਫਿਲਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਰਾਹਤ ਅਤੇ ਕਾਰਜ ਏਜੰਸੀ ਨੇ ਕਿਹਾ ਕਿ ਉੱਤਰੀ ਗਾਜ਼ਾ ਦੇ ਵਿੱਚ ਚੱਲ ਰਹੀ ਬੰਬਾਰੀ ਵਿੱਚ ਪਿਛਲੇ 24 ਘੰਟਿਆਂ ਵਿੱਚ ਉਸ ਦਾ ਇੱਕ ਕਰਮਚਾਰੀ ਅਤੇ ਉਸ ਦਾ ਪਰਿਵਾਰ ਮਾਰਿਆ ਗਿਆ ਏਜੰਸੀ ਦਾ ਕਹਿਣਾ ਹੈ ਕਿ ਸਯੁਕਤ ਰਾਸ਼ਟਰ ਦੇ ਇਤਿਹਾਸ ਵਿੱਚ ਕਿਸੇ ਵੀ ਸੰਘਰਸ਼ ਵਿੱਚ ਸਯੁਕਤ ਰਾਸ਼ਟਰ ਦੇ ਕਰਮਚਾਰੀਆਂ ਦੀ ਜਾਨ ਗਵਨ ਦੀ ਗਵਨ ਦੀ ਇਹ ਸਭ ਤੋਂ ਵੱਧ ਸੰਖਿਆ ਹੈ ਵਿਰੋਧ ਵਿੱਚ ਸੋਮਵਾਰ ਨੂੰ ਦੁਨੀਆ ਭਰ ਵਿੱਚ ਸਯੁਕਤ ਰਾਸ਼ਟਰ ਦੇ ਦਫ਼ਤਰਾਂ ਦੇ ਵਿੱਚ ਝੰਡੇ ਅੱਧੇ ਚੁਕੇ ਹੋਏ ਸਨ ਅਤੇ ਸਯੁਕਤ ਰਾਸ਼ਟਰ ਦੇ ਸਟਾਫ ਨੇ ਮਾਰੇ ਗਏ ਆਪਣੇ ਸਾਥੀਆਂ ਲਈ ਮੌਨ ਤਾਰਨ ਕੀਤਾ ਗਾਜ਼ਾ ਦੇ ਅਲ-ਸ਼ਿਫਾ ਹਸਪਤਾਲ ਦੇ ਹਾਲੀ ਚ ਹੋਏ ਹਮਲੇ ਚ 22 ਲੋਕ ਮਾਰੇ ਗਏ ਸਨ ਇਜ਼raਇਲੀ ਫੌਜ ਨੇ ਹਸਪਤਾਲ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਹਨ ਪਰ ਸੈਂਕੜੇ ਲੋਕ ਅਜੇ ਵੀ ਉੱਤੇ ਫਸੇ ਹੋਏ ਹਨ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਹਸਪਤਾਲ ਦੇ ਜਨਰੇਟਰ ਲਈ ਬਾਲਣ ਦਾ ਜਲਦੀ ਪ੍ਰਬੰਧ ਨਾ ਕੀਤਾ ਗਿਆ ਤਾਂ ਇਲਾਜ ਨਾ ਮਿਲਣ ਕਾਰਨ ਕਈ ਨਵਜੰਮੇ ਬੱਚਿਆਂ ਦੇ ਸਮੇਤ ਕਈ ਲੋਕਾਂ ਦੀ ਮੌਤ ਹੋ ਸਕਦੀ ਹੈ ਉਨ ਅਮਰੀਕਾ ਦੇ ਵੀ ਹਸਪਤਾਲ ਤੇ ਹਮਲੇ ਦਾ ਵਿਰੋਧ ਕੀਤਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਪੀਲ ਕੀਤੀ ਹੈ ਕਿ ਮੈਨੂੰ ਉਮੀਦ ਹੈ ਕਿ ਹਸਪਤਾਲਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਵੇਗੀ ਜੋ ਬਾਈਡਨ ਨੇ ਕਿਹਾ ਕਿ ਹਸਪਤਾਲਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਹਰ ਦੇਸ਼ ਚਾਹੁੰਦਾ ਹੈ ਕਿ ਦੁਨੀਆ ਵਿੱਚ ਉਸ ਦਾ ਨਾਮ ਬਣੇ ਦੂਰ ਦੇਸ਼ਾਂ ਦੇ ਲੋਕ ਸਾਡੇ ਦੇਸ਼ ਨੂੰ ਦੇਖਣ ਆਉਣ ਸਾਡੀ ਸੰਸਕ੍ਰਿਤੀ ਸੱਭਿਆਚਾਰ ਇਤਿਹਾਸ ਨੂੰ ਜਾਨੂ ਹੋਣ ਇਸ ਨਾਲ ਦੇਸ਼ ਦੀ ਆਰਥਿਕਤਾ ਵੀ ਵਿਕਾਸ ਕਰਦੀ ਹੈ ਭਾਰਤ ਵੀ ਆਪਣੇ ਆਪ ਨੂੰ ਇੱਕ ਟੂਰਿਸਟ ਪਲੇਸ ਵਜੋਂ ਬਿਹਤਰ ਬਣਾਉਣ ਦੀ ਲਗਾਤਾਰ ਯਤਨ ਕਰ ਰਿਹਾ ਹੈ ਅਜਿਹੇ ਯਤਨਾਂ ਨੂੰ ਹੁਣ ਬੂਰ ਪੈਂਦਾ ਦਿਖਾਈ ਦੇਣ ਲੱਗਿਆ ਹੈ ਪਿਛਲੇ 2 ਸਾਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੇ ਇੰਟਰਨੈਟ ਉੱਤੇ ਭਾਰਤ ਦੀ ਖੋਜ ਸਭ ਤੋਂ ਵਧੇਰੇ ਕੀਤੀ ਭਾਰਤ ਦੀ ਵੰਸਵੰਤਾ ਹਰ ਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਭਾਰਤ ਦੀ ਰੰਗ-ਬਰੰਗੀ ਸੰਸਕ੍ਰਿਤੀ ਵੰਸਵੰਨੀਆਂ ਬੋਲੀਆਂ ਪਹਿਰਾਵੇ ਧਰਮ ਰੀਤਾ ਪੋਜਨ ਆਦਿ ਸਭ ਲੋਕਾਂ ਨੂੰ ਹੈਰਾਨ ਵੀ ਕਰਦੇ ਹਨ ਤੇ ਖਿੱਚ ਦਾ ਕਾਰਨ ਬੰਦੇ ਹਨ कोरोना महामारी ਜਿਤੇ ਦੁਖਾ ਦਾ ਕਾਰਨ ਬਣੀ ਉਥੇ ਇਸ ਦੇ ਕੁਝ ਫਾਇਦੇ ਵੀ ਹੋਏ ਹਨ ਇਹ ਗੱਲ ਇਹ ਵਾਪਰੀ ਹੈ ਕਿ ਦੁਨੀਆ ਦੇ ਵਿੱਚ ਭਾਰਤੀ ਦੀ ਤਸਵੀਰ ਬਦਲ ਗਈ ਹੈ ਹੋਰਾਂ ਦੇਸ਼ਾਂ ਨੇ ਭਾਰਤ ਦੇ ਹੌਂਸਲੇ ਨੂੰ ਦੇਖਿਆ ਕਿਸੇ ਸਮੇਂ ਭਾਰਤ ਨੂੰ ਗਰੀਬੀ ਤੇ ਸੱਪਾਂ ਦਾ ਦੇਸ਼ ਸਮਝਿਆ ਜਾਂਦਾ ਸੀ ਪਰ ਹੁਣ ਅਜਿਹੀ ਗੱਲ ਨਹੀਂ ਹੈ ਭਾਰਤ ਦੇਸ਼ ਹੈਰੀਟੇਜ ਸਥਾਨਾਂ ਦੀ ਪਛਾਣ ਬਣਨ ਲੱਗੀ ਹੈ ਇੱਥੋਂ ਦੇ ਮੰਦਰ ਪਹਾੜ ਪਰਬਤ ਨਦੀਆਂ ਸ਼ਾਂਤੀ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਤੋਂ ਬਾਅਦ ਭਾਰਤ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਦੀ ਹੋਈ ਦੇਖੀ ਜਾ ਸਕਦੀ ਹੈ ਤੇ ਵਿਦੇਸ਼ੀ ਵਿਦਿਆਰਥੀਆਂ ਦੀ ਦਿਲਚਸਪੀ ਜਿਹੜੀ ਹੈ ਭਾਰਤ ਵੱਲ ਬਹੁਤ ਵਧ ਵੀ ਰਹੀ ਹੈ ਭਾਰਤ ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦਾ ਖੇਤਰ ਬਣਨ ਤੋਂ ਬਾਅਦ ਉੜੀਸ਼ਾ ਦੇ ਤੱਟੀ ਖੇਤਰ 'ਚ 45 ਕਿਲੋਮੀਟਰ ਪ੍ਰਤੀ ਘੰਟਾ ਤੋਂ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਭਵਿੱਖਬਾਣੀ ਕੀਤੀ ਅਤੇ ਇਸੇ ਇੱਕ 'ਚ ਬਦਲਣ ਦੀ ਸੰਭਾਵਨਾ ਹੈ। ਅਤੇ ਨਿਊਜ਼ ਏਜੰਸੀ ਏਐਨਆਈ ਮੁਤਾਬਕ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਦਾ ਖੇਤਰ ਬਣ ਗਿਆ ਜੋ ਬਾਅਦ 'ਚ ਪੱਛਮੀ ਬੰਗਾਲ ਦੀ ਖਾੜੀ ਵਿੱਚ ਵੱਡੇ ਤੂਫਾਨ ਵਿੱਚ ਬਦਲ ਸਕਦਾ ਹੈ। ਉਹਨਾਂ ਨੇ ਕਿਹਾ ਕਿ 15 ਨਵੰਬਰ ਤੋਂ ਆਂਧਰਾ ਪ੍ਰਦੇਸ਼ ਦੇਸ਼ ਦੇ ਤੱਟ ਦੇ ਆਲੇ ਦੁਆਲੇ ਹਵਾਵਾਂ ਦੀ ਰਫਤਾਰ ਵਧਣ ਦੀ ਸੰਭਾਵਨਾ ਹੈ 2 ਦਿਨ 15 ਤੇ 16 ਨਵੰਬਰ ਨੂੰ ਹਵਾਵਾਂ ਚੱਲਣਗੀਆਂ आईएमडी ਦੇ ਵਿਗਿਆਨੀ 우ਮਾ ਸ਼ੰਕਰਦਾਸ ਨੇ ਕਿਹਾ ਕਿ 16 ਨਵੰਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਪੱਛਮੀ ਬੰਦ ਮੱਧ ਬੰਗਾਲ ਦੀ ਖਾੜੀ ਉੱਤੇ ਇੱਕ ਦਬਾਅ ਵਿੱਚ ਬਦਲਣ ਤੋਂ ਪਹਿਲਾਂ ਦੱਖਣ ਪੂਰਬੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਅੰਡੇਮਾਨ ਅਤੇ ਨਿਕੁਆਵਾ ਟਾਪੂ ਉੱਤੇ ਘੱਟ ਦਬਾਅ ਦਾ ਖੇਤਰ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ। ਪੱਛਮ ਡੈਮ ਨੇ ਕਿਹਾ ਕਿ ਬਾਅਦ ਚ ਸਿਸਟਮ ਫਿਰ ਤੋਂ ਉੱਤਰ ਪੂਰਬ ਵੱਲ ਮੁੜੇਗਾ ਅਤੇ 17 ਨਵੰਬਰ ਨੂੰ ਉੜੀਸ਼ਾ ਤੱਟ ਤੋਂ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੇ ਪਹੁੰਚ ਜਾਵੇਗਾ। ਆਈਐਮਡੀ ਨੇ ਆਗੀ ਦੇ ਘਰਤੇ ਜਦੋਂ ਘੱਟ ਦਬਾਅ ਵਾਲਾ ਖੇਤਰ ਚੱਕਰਵਾਤੀ tufaan ਵਿੱਚ ਬਦਲ ਜਾਂਦਾ ਹੈ ਅਤੇ depression ਵਿੱਚ ਬਦਲ ਜਾਂਦਾ ਤਾਂ ਇਸ ਨੂੰ ਮਿਤਿਲੀ ਕਿਹਾ ਜਾਂਦਾ ਹੈ आईएमडी ਨੇ ਮਛੇਰੀਆਂ ਨੂੰ ਅਗਲੇ ਨੋਟਿਸ ਤੱਕ 15 ਤੋਂ 17 ਨਵੰਬਰ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ। ਮੌਸਮ ਵਿਭਾਗ ਨੇ 15 ਨਵੰਬਰ ਨੂੰ ਉੜੀਸਾ ਦੇ ਕੁਝ ਤੱਟਵਰਤੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੁਖਿਸ਼ਾਨੀ ਕੀਤੀ। ਇਹ ਵੀ ਕਿਹਾ ਗਿਆ ਹੈ ਕਿ ਅਗਲੇ ਦਿਨਾਂ 'ਚ ਇਸ ਦੀ ਤੀਬਰਤਾ ਵਧਣ ਦੀ ਸੰਭਾਵਨਾ ਹੈ ਅਤੇ 16 ਨਵੰਬਰ ਨੂੰ ਵਕ-ਵਕ ਥਾਂਵਾਂ ਤੇ ਪਾਰੀ ਮੀਂਹ ਪੈ ਸਕਦਾ ਹੈ। ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ اجلاس ਨਵੰਬਰ ਮਹੀਨੇ ਦੇ ਅਖੀਰ ਤੱਕ ਬੁਲਾਇਆ ਜਾ ਸਕਦਾ ਹੈ ਸੂਤਰਾਂ ਦੇ ਮੁਤਾਬਿਕ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਜੂਦਾ ਵਿਧਾਨ ਸਭਾ ਦੇ ਚੌਥੇ اجلاس ਨੂੰ ਸਥਾਈ ਤੌਰ ਤੇ ਵਧਾਉਣ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਦੇ ਦਿੱਤੀ ਇਸ ਤੋਂ ਪਹਿਲਾਂ ਚੌਥੇ اجلاس ਦੀ 20 ਅਕਤੂਬਰ ਨੂੰ ਬੁਲਾਈ ਗਈ ਬੈਠਕ ਅਨਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ ਮੁੱਖ ਮੰਤਰੀ ਨੇ ਰਾਜਪਾਲ ਵੱਲੋਂ ਬਿਲਾ ਨੂੰ ਰੋਕਣ ਦਾ ਦੋਸ਼ ਲਾਉਂਦੇ ਹੋਏ اجلاس ਨੂੰ ਅਨਮਿੱਥੇ ਸਮੇਂ ਲਈ ਮੁਲਤਵੀ ਕਰਨ ਲਈ ਕਿਹਾ ਸੀ ਅਤੇ ਇਸ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਅਦਾਲਤ ਨੇ ਦੋਹਾਂ ਨੂੰ ਸਬੰਧ ਸੁਧਾਰਨ ਦੇ ਨਿਰਦੇਸ਼ ਦਿੱਤੇ ਹਨ ਹੁਣ ਕਿਹਾ ਜਾ ਰਿਹਾ ਹੈ ਕਿ ਸੂਬਾ ਸਰਕਾਰ ਨੇ ਨਵੰਬਰ ਦੇ ਅਖੀਰ 'ਚ ਵਿਧਾਨ ਸਭਾ اجلاس ਬੁਲਾਉਣ ਦਾ ਫੈਸਲਾ ਲਿਆ ਸੂਬਾ ਸਰਕਾਰ اجلاس ਨੂੰ ਸਥਾਈ ਰੂਪ ਨਾਲ ਆਯੋਜਿਤ ਕਰਨ ਲਈ ਪੰਜਾਬ ਵਿਧਾਨ ਸਭਾ ਸਕੱਤਰੇਤ ਨੂੰ ਲਿਖੇਗੀ ਇਸ ਤੋਂ ਬਾਅਦ ਇਸ ਨੂੰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਕੋਲ ਭੇਜਿਆ ਜਾਵੇਗਾ ਤਾਂ ਜੋ ਇਸ ਲਈ ਮਨਜ਼ੂਰੀ ਲਈ ਜਾ ਸਕੇ ਪੰਜਾਬ ਸਰਕਾਰ ਪ੍ਰਾਲੀ ਨਾਲ ਨਜੱਠਣ ਲਈ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਣ ਦੇ ਵਿੱਚ ਰੁਝੀ ਹੋਈ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਮਸ਼ੀਨਾਂ ਦੀ ਖਰੀਦ-ਵੇਚ ਤੋਂ ਬਿਨਾਂ ਹੀ 140 ਕਰੋੜ ਰੁਪਏ ਦੀ ਸਬਸਿਡੀ ਦਾ ਕਪਲਾ ਹੋਇਆ। ਹਾਲਾਂਕਿ ਸੂਬਾ ਸਰਕਾਰ ਦੀ ਇਸ ਸਰਵੇ ਰਿਪੋਰਟ 21 ਤੇ 22 ਯਾਨਕੀ 2021 ਤੇ 22 ਅਤੇ 2022 ਤੋਂ 23 ਦੌਰਾਨ ਪ੍ਰਾਲੀ ਮਸ਼ੀਨਾਂ ਤੇ ਜਾਰੀ ਕੀਤੀ ਗਈ ਸਬਸਿਡੀ 'ਚ ਹੋਇਆ ਬੇਨੀਮਾ ਨਾਲ ਸੰਬੰਧਿਤ ਹੈ। ਪਰ ਇੰਨੀ ਵੱਡੀ ਰਕਮ ਦੀ ਹਿਰਾਫੇਰੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇੱਕ ਪਾਸੇ ਸਰਕਾਰ ਨੇ ਹੁਣ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਇਸ ਨਾਲ ਪਰਾਲੀ ਦੀ ਮਸ਼ੀਨਰੀ ਤੇ ਦਿੱਤੀ ਜਾਣ ਵਾਲੀ 350 ਕਰੋੜ ਰੁਪਏ ਦੀ ਸਬਸਿਡੀ ਦੀ ਰਾਸ਼ੀ ਵੀ ਰੋਕ ਦਿੱਤੀ ਹੈ ਅਤੇ ਆਪਣੀਆਂ ਜਾਂਚ ਟੀਮਾਂ ਪੰਜਾਬ ਭੇਜ ਦਿੱਤੀਆਂ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 2018-19 ਤੋਂ 2021-22 ਦੌਰਾਨ ਪਰਾਲੀ ਦੀ ਮਸ਼ੀਨਰੀ ਤੇ ਸਬਸਿਡੀ ਦੇ ਬਦਲੇ 1178 ਕਰੋੜ ਰੁਪਏ ਜਾਰੀ ਕੀਤੇ ਹਨ ਪੰਜਾਬ ਸਰਕਾਰ ਵੱਲੋਂ ਕਰਵਾਏ ਸਰਵੇਖਣ ਦੇ ਵਿੱਚ ਸਾਹਮਣੇ ਆਇਆ ਕਿ 11000 ਤੋਂ ਵੱਧ ਮਸ਼ੀਨਾਂ ਕਿਸਾਨਾਂ ਤੱਕ ਨਹੀਂ ਪਹੁੰਚੀਆਂ ਅਤੇ ਜਾਲੀ ਬਿੱਲ ਬਣਾ ਕੇ ਸਬਸਿਡੀ ਦੀ ਰਕਮ ਹੜੱਪ ਲਈ ਗਈ ਹੈ। ਹਾਲੇ ਵਿੱਚ ਫਾਜ਼ਿਲਕਾ ਤੇ ਫਰੀਦਕੋਟ ਵਿੱਚ ਜਾਂਚ ਦੌਰਾਨ ਪੰਜਾਬ ਸਰਕਾਰ ਨੂੰ 1800 ਦੇ ਕਰੀਬ ਅਜਿਹੇ ਕਿਸਾਨਾਂ ਦਾ ਪਤਾ ਲੱਗਾ ਜਿਨ੍ਹਾਂ ਦੇ ਨਾਂ ਤੇ ਪ੍ਰਾਲੀ ਪ੍ਰਬੰਧਨ ਮਸ਼ੀਨਰੀ ਤੇ ਖਰੀਦੀ ਤੇ ਰਿਕਾਰਡ ਹਨ ਪਰ ਜਾਂਚ ਅਧਿਕਾਰੀਆਂ ਨੂੰ ਉਹਨਾਂ ਦੇ ਖੇਤਾਂ ਅਤੇ ਘਰਾਂ ਵਿੱਚ ਮਸ਼ੀਨਾਂ ਨਹੀਂ ਮਿਲੀਆਂ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਈਟੀਟੀ ਅਧਿਆਪਕਾ ਦੀਆਂ 5994 ਅਸਾਮੀਆਂ ਤੇ ਭਰਤੀ ਤੇ ਲੱਗੀ ਰੋਕ ਹਟਾਉਣ ਸੰਬੰਧੀ ਦਿੱਤੀ ਗਈ ਦਲੀਲ ਨਾਲ ਅਸਹਿਮਤੀ ਪ੍ਰਗਟਾਈ ਹੈ ਹਾਈ ਕੋਰਟ ਨੇ ਸਟੇ ਜਾਰੀ ਰੱਖ ਦਿਆ ਹੁਣ ਸੁਣਵਾਈ 12 ਦਸੰਬਰ ਨੂੰ ਤੈਅ ਕੀਤੀ ਹੈ ਇਸ਼ਤਿਹਾਰ ਜਾਰੀ ਹੋਣ ਤੋਂ ਬਾਅਦ ਹੁਣ ਇਹ ਭਰਤੀ ਨੀਮਾ ਚ ਬਦਲਾਅ ਨੂੰ ਲੈ ਕੇ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਚ ਦੇ ਫੈਸਲੇ ਤੇ ਨਿਰਭਰ ਕਰੇਗੀ ਪਿਛਲੀ ਸੁਣਵਾਈ ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਪ੍ਰੋਸਾ ਦਿੱਤਾ ਸੀ ਕਿ ਅਗਲੇ ਹੁਕਮਾਂ ਤੱਕ ਭਰਤੀ ਨਹੀਂ ਵਧਾਈ ਜਾਵੇਗੀ ਪਟੀਸ਼ਨ ਦਾਇਰ ਕਰਦਿਆਂ ਪਰਵਿੰਦਰ ਸਿੰਘ ਅਤੇ ਹੋਰਨਾਂ ਨੇ ਐਡਵੋਕੇਟ ਵਿਕਾਸ ਚਤਰਤਰਾਹੀ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 12 ਅਕਤੂਬਰ 2022 ਨੂੰ ATT ਦੀਆਂ 59194 ਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਪਟੀਸ਼ਨ ਕਰਤਾਵਾ ਨੇ ਇਸ ਲਈ ਅਰਜ਼ੀ ਵੀ ਦਿੱਤੀ ਸੀ ਕਿਉਂਕਿ ਉਹਨਾਂ ਨੇ ਇਸ਼ਤਿਹਾਰ ਵਿੱਚ ਯੋਗਤਾ ਦੇ ਮਾਪਦੰਡ ਪੂਰੇ ਕੀਤੇ ਸਨ 28 ਅਕਤੂਬਰ 2022 ਨੂੰ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸ ਰੂਲਸ ਨੂੰ ਨੋਟੀਫਾਈ ਕੀਤਾ ਸੀ ਇਸ ਤਹਿਤ ਗਰੁੱਪ ਸੀ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਲਈ ਪੰਜਾਬ ਦੀ ਵਾਧੂ ਪ੍ਰੀਖਿਆ ਲਾਜ਼ਮੀ ਕਰ ਦਿੱਤੀ ਗਈ ਨੋਟੀਫਿਕੇਸ਼ਨ ਜਾਰੀ ਕਰਦੇ ਆ ਰਾਖਵੇਂ ਵਰਗ ਨੂੰ ਕੋਈ ਟੀਲ ਨਹੀਂ ਦਿੱਤੀ ਗਈ ਇਸ ਤੋਂ ਬਾਅਦ 1 ਦਸੰਬਰ 2022 ਨੂੰ ਇੱਕ ਸ਼ੁੱਧੀ ਪੱਤਰ ਜਾਰੀ ਕੀਤਾ ਗਿਆ ਸੀ ਜਿਸ ਤਹਿਤ ਈਟੀਟੀ ਦੀਆਂ 5994 ਅਸਾਮੀਆਂ ਭਰਨ ਲਈ 12 ਅਕਤੂਬਰ ਨੂੰ ਜਾਰੀ ਇਸ਼ਤਿਹਾਰ ਤੇ ਵੀ ਇਸ ਨੂੰ ਲਾਗੂ ਕੀਤਾ ਗਿਆ ਪਿਟੀਸ਼ਨਰ ਨੇ ਕਿਹਾ ਹੈ ਕਿ ਇਸ ਨੋਟੀਫਿਕੇਸ਼ਨ ਨੂੰ ਕਿਸੇ ਵੀ ਪਹਿਲਾਂ ਜਾਰੀ ਕੀਤੀ ਗਈ ਪਰਤੀ ਤੇ ਲਾਗੂ ਕਰਨਾ ਪੂਰੀ ਤਰ੍ਹਾਂ ਗਲਤ ਹੈ ਅਜਿਹੀ ਸਥਿਤੀ ਵਿੱਚ ਇਸੇ ਸ਼ੁੱਧੀ ਪੱਤਰ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਜਾਣ ਅਤੇ ਪਰਤੀ ਪ੍ਰਕਿਰਿਆ ਨੂੰ ਵੀ ਰੋਕਿਆ ਜਾਵੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬਾ ਵਾਸੀਆਂ ਨੂੰ ਤੋਹਫਾ ਦਿੰਦਿਆਂ ਐਲਾਨ ਕੀਤਾ ਹੈ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਦਾਇਰ ਦਾਇਰਾ ਹੋਰ ਵਿਸ਼ਾਲ ਕਰਦੇ ਹਾਂ 1 ਕਰੋੜ 60 ਲੱਖ ਯੋਗ ਲਾਪਾਤਰੀਆਂ ਦੇ ਕਾਰਡ ਬਣਾਏ ਜਾਣਗੇ ਉਹ ਸਥਾਨਕ ਸਿਵਲ ਹਸਪਤਾਲ ਵਿਖੇ ਬੱਚਿਆਂ ਦੇ ਦਿਲ ਦੇ ਗੰਭੀਰ ਰੋਗਾਂ ਦਾ ਪਤਾ ਲਗਾਉਣ ਦੇ ਲਈ ਸਥਾਪਿਤ ਕੀਤੀ ਗਈ ਪੈਡੀਆਟ੍ਰਿਕ ਇਕੋਕਾਰਡੀਓਗ੍ਰਾਫੀ ਮਸ਼ੀਨ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਆਏ ਸਨ ਉਹਨਾਂ ਨੇ ਕਿਹਾ ਕਿ ਆਯੁਸ਼ਮਾਨ ਪਰਸੇਤ ਬੀਮਾ ਯੋਜਨਾ ਤਹਿਤ ਪਾਰ ਸਰਕਾਰ ਵੱਲੋਂ ਸਿਰਫ 16 ਲੱਖ ਲਾਪਾਤਰੀਆ ਲਈ ਫੰਡਿੰਗ ਕੀਤੀ ਜਾਂਦੀ ਹੈ ਜਦਕਿ ਪੰਜਾਬ ਸਰਕਾਰ ਵੱਲੋਂ 70 ਲੱਖ ਲੋਕਾਂ ਦੇ ਕਾਰਡ ਬਣਾਏ ਗਏ ਹਨ ਅਤੇ ਹੁਣ ਤੱਕ 44 ਲੱਖ ਲੋਕਾਂ ਨੂੰ ਲਾਭ ਦਿੱਤਾ ਗਿਆ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਤਹਿਤ 1.6 ਕਰੋੜ ਲੋਕਾਂ ਨੂੰ ਕਵਰ ਕਰਨ ਦਾ ਟੀਚਾ ਬਕਾਇਆ 90 ਲੱਖ ਲੋਕਾਂ ਦੇ ਕਾਰਡ ਵੀ ਜਲਦ ਬਣਾਏ ਜਾਣਗੇ ਉਹਨਾਂ ਨੇ ਦਾਅਵਾ ਨਾਲ ਕਿਹਾ ਕਿ ਹੁਣ ਤੱਕ 94 ਫੀਸਦੀ ਲੋਕਾਂ ਨੂੰ ਮੁਫਤ ਇਲਾਜ ਕੀਤਾ ਜਾ ਚੁੱਕਿਆ ਹੈ ਸਰਕਾਰੀ ਸਿਹਤ ਸਜਾਵਾ ਵਿੱਚ ਡਾਕਟਰਾਂ ਦੀ ਕਮੀ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਅਗਲੇ ਇੱਕ ਸਾਲ ਵਿੱਚ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਾਹ ਡਾਕਟਰਾਂ ਦੀ ਕਮੀ ਪੂਰੀ ਕਰ ਦਿੱਤੀ ਜਾਵੇਗੀ। ਹੁਣ ਤੱਕ 272 ਮਾਹ ਡਾਕਟਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਮੈਡੀਕਲ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਵੀ ਕਰ ਦਿੱਤੀ ਗਈ ਹੈ। ਜਦਕਿ 3500 ਡਾਕਟਰਾਂ ਅਤੇ 1800 ਪੈਰਾਮੈਡੀਕਲ ਸਟਾਫ ਦੀ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। Sacramento County ਦੇ ਸ਼ਹਿਰ Elk Grove City ਵੱਲੋਂ ਨਵੰਬਰ ਨੂੰ ਸਿੱਖ ਜਾਗਰੂਕਤਾ ਅਤੇ ਧੰਨਵਾਦ ਮਹੀਨੇ ਵੱਜੋਂ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਸਿਟੀ ਕੌਂਸਲ ਮੀਟਿੰਗ ਦੌਰਾਨ ਇੱਕ ਪ੍ਰੋਕਲਮੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਸਿੱਖਾਂ ਵੱਲੋਂ ਵੇਕਾ ਵਿੱਚ ਪਾਏ ਆਪਣੇ ਵੱਡਮੁੱਲੇ ਯੋਗਦਾਨ ਸੰਬੰਧੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਇਸ ਪ੍ਰੋਕਲੇਮੇਸ਼ਨ ਨੂੰ ਪੜਦਿਆਂ ਕਾਉਂਸਲਰ ਮੈਂਬਰ ਰੋਡ ਬਰੀਓਰ ਨੇ ਕਿਹਾ ਕਿ ਸਿੱਖਾਂ ਦਾ ਅਮਰੀਕਾ ਵਿੱਚ ਅਹਿਮ ਯੋਗਦਾਨ ਹੈ ਅਤੇ ਸਿੱਖਾਂ ਨੇ ਅਮਰੀਕਾ ਦੇ ਵਿੱਚ ਰਹਿ ਕੇ ਸਥਾਨਕ ਅਰਥਚਾਰੇ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਇਸ ਪ੍ਰੋਕਲੇਮੇਸ਼ਨਸ ਵਿੱਚ ਸਿੱਖ ਧਰਮ ਦੀ ਵਡਿਆਈ ਵੀ ਕੀਤੀ ਗਈ ਇਸ ਦੌਰਾਨ ਸਿਟੀ ਦੇ ਕਮਿਸ਼ਨਰ ਗੁਰਜਤੇਂਦਰ ਸਿੰਘ ਰੰਦਾਵਾ ਨੇ ਬੋਲਦਿਆਂ ਕਿਹਾ ਕਿ ਭਾਵੇਂ ਕਿ ਸਿੱਖਾ ਨੇ ਅਮਰੀਕਾ ਦੇ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਪਰ ਹਲੇ ਤੱਕ ਸਿੱਖ ਕੌਮ ਦੀ ਪਛਾਣ ਅਮਰੀਕਾ ਵਿੱਚ ਨਹੀਂ ਬਣੀ ਹੈ ਜਿਸ ਸਵਾਲ ਸਥਾਨਕ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਾਉਂਸਲ ਮੈਂਬਰ ਡੈਰਨ ਸਿਓਨ ਕਾਉਂਸਲ ਮੈਂਬਰ ਰੋਡ ਬ੍ਰਿਓਰ ਅਤੇ ਕਾਉਂਸਲ ਮੈਂਬਰ ਸਰਜੀਓ ਰੋਬਰਲਸ ਨੇ ਪ੍ਰੋਕਲਮੇਸ਼ਨ ਸਰ ਗੁਰਜਿੰਦਰ ਸਿੰਘ ਰੰਦਾਵਾ ਨੂੰ ਸੌਂਪਿਆ ਇਸ ਮੁਕੇ ਉਹਨਾਂ ਤੋਂ ਇਲਾਵਾ ਅਫਤਾਰ ਸਿੰਘ ਢਿੱਲੋਂ ਅਮਰਦੀਪ ਸਿੰਘ ਬਲਜੀਤ ਸਿੰਘ ਗਿੱਲ ਪਾਲ ਤਾਲੀਵਾਲ ਸੁਖਦੇਵ ਸਿੰਘ ਹੁੰਦਲ ਜਸਮੀਲ ਸਿੰਘ ਟਿੱਟੀ ਇਕਬਾਲ ਸਿੰਘ ਚੋਹਾਨ ਗੁਰਿੰਦਰ ਸਿੰਘ ਬਾਜਪਾ ਵੀ ਹਾਜ਼ਰ ਹੈ ਪੰਜਾਬ ਸਰਕਾਰ ਨੇ 16 ਨਵੰਬਰ ਨੂੰ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਪੰਜਾਬ ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਨੋਟੀਫਿਕੇਸ਼ਨ ਵਿੱਚ ਆਖਿਆ ਗਿਆ ਹੈ ਕਿ ਸ਼ਹੀਦ ਕਰਤਾਜ ਸਿੰਘ ਸਰਾਬਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ 16 ਤਰੀਕ ਨੂੰ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਕਾਰਨ ਜ਼ੁਬੇ ਦੇ ਸਰਕਾਰੀ ਦਫਤਰਾ ਬੋਰਡਾਂ ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਧਾਰਿਆਂ ਵਿੱਚ ਗਜੇਟ ਛੁੱਟੀ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ ਤੇ ਮੰਗਲਵਾਰ ਸ਼ਾਮ ਨੂੰ ਯਾਤਰੀ ਰੇਲਵੇ ਟਰੈਕ ਤੇ ਉਤਰ ਗਏ ਉਹਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਆ ਰਹੀ ਟ੍ਰੇਨ ਤੇ ਪਤਰਾਵੀ ਕੀਤਾ ਗਿਆ ਦਰਅਸਲ ਛੱਟ ਪੂਜਾ ਤੋਂ ਪਹਿਲਾਂ ਸਰਹਿੰਦ ਤੋਰ ਵਾਣਾ ਹੋਣ ਵਾਲੀ ਵਿਸ਼ੇਸ਼ ਤਿਉਹਾਰ ਰੇਲ ਗੱਡੀ ਦੇ ਰੱਦ ਹੋਣ ਕਾਰਨ ਇਹ ਲੋਕ ਨਿਰਾਸ਼ਾ ਇਹ ਰੇਲ ਗੱਡੀ ਮੰਗਲਵਾਰ ਨੂੰ ਦੁਪਹਿਰ 12:20 ਵਜੇ ਰਵਾਨਾ ਹੋਣੀ ਸੀ ਪਰ ਰੇਲਵੇ ਨੇ ਦਿਨ ਪਰ ਕਿਹਾ ਕਿ ਇਹ ਰੇਲ ਗੱਡੀ ਸ਼ਾਮ ਤੱਕ ਰਵਾਨਾ ਹੋਵੇਗੀ ਸ਼ਾਮ ਨੂੰ ਅਚਾਨਕ ਇਹ ਐਲਾਨ ਕੀਤਾ ਗਿਆ ਕਿ ਟ੍ਰੇਨ ਹੁਣ ਬੁੱਧਵਾਰ ਨੂੰ ਦੁਪਹਿਰ 1:30 ਵਜੇ ਰਵਾਨਾ ਹੋਵੇਗੀ ਇਸ ਨਾਲ ਯਾਤਰੀਆਂ ਵਿੱਚ ਗੁੱਸਾ ਆ ਗਿਆ ਸ਼ਾਮ ਨੂੰ ਵੱਡੀ ਗਿਣਤੀ ਵਿੱਚ ਯਾਤਰੀਆਂ ਨੇ ਰੇਲਵੇ 트랙 ਅਤੇ ਸਟੇਸ਼ਨ ਤੇ ਹੰਗਾਮਾ ਕਰ ਦਿੱਤਾ ਸਰਹਿੰਦ ਸਟੇਸ਼ਨ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਛੱਟ ਪੂਜਾ ਲਈ ਬਿਹਾਰ ਜਾਣ ਵਾਲੇ ਲੋਕਾਂ ਦੀ ਪੀੜ ਨੂੰ ਦੇਖਦੇ ਹੋਏ ਰੇਲਵੇ ਨੇ ਸਰਹਿੰਦ ਤੋਂ ਸਹਿਰਸਾ ਲਈ ਵਿਸ਼ੇਸ਼ ਰੇਲਗੱਡੀ ਨੰਬਰ 0452 ਚਲਾਉਣ ਦਾ ਐਲਾਨ ਕੀਤਾ ਸੀ ਇਸ ਲਈ ਪੰਜਾਬ ਹਰਿਆਣਾ ਤੇ ਹਿਮਾਚਲ ਵਿੱਚ ਰਹਿਣ ਵਾਲੇ ਬਿਹਾਰ ਦੇ ਲੋਕਾਂ ਨੇ ਟਿਕਟਾਂ ਬੁੱਕ ਕਰਵਾਈਆਂ ਇਹ ਟ੍ਰੇਨ ਮੰਗਲਵਾਰ ਨੂੰ ਦੁਪਹਿਰ 12:20 ਵਜੇ ਸਰਹਿੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣੀ ਸੀ ਜਿਸ ਲਈ ਲੋਕ ਸਟੇਸ਼ਨ ਤੇ ਪਹੁੰਚੇ ਸਟੇਸ਼ਨ ਤੇ ਰੇਲਵੇ ਵਰਪਾਲੇ ਉਹਨਾਂ ਨੂੰ ਸਵੇਰ ਤੋਂ ਸ਼ਾਮ ਤੱਕ ਦੱਸਦੇ ਰਹੇ ਕਿ ਟ੍ਰੇਨ ਜਲਦੀ ਹੀ ਰਵਾਨਾ ਹੋ ਜਾਵੇਗੀ ਜਿਵੇਂ ਜਿਵੇਂ ਦਿਨ ਚੜਦਾ ਗਿਆ ਅਚਾਨਕ ਰੇਲ ਗੱਡੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਯਾਤਰੀਆਂ ਨੇ ਦੱਸਿਆ ਕਿ ਰੇਲ ਗੱਡੀ ਨੂੰ ਰੱਦ ਕਰਨ ਦਾ ਐਲਾਨ ਅਚਾਨਕ ਕੀਤਾ ਗਿਆ ਇਸ ਤੋਂ ਬਾਅਦ ਜਦੋਂ ਲੋਕ ਕਾਊਂਟਰ ਤੇ ਪਹੁੰਚੇ ਤਾਂ ਉੱਥੇ ਕੋਈ ਵੀ ਰੇਲਵੇ ਕਰਮਚਾਰੀ ਮੌਜੂਦ ਨਹੀਂ ਸੀ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਲਈ ਰੇਲਵੇ ਬਲੋ ਸਟੇਸ਼ਨ ਤੇ ਕੋਈ ਵੀ ਮੌਜੂਦ ਨਹੀਂ ਸੀ ਲੋਕਾਂ ਨੂੰ ਟਿਕਟਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਜਾ ਰਹੇ ਇਸ ਕਾਰਨ ਉਹ ਸਰਹਿੰਦ ਸਟੇਸ਼ਨ ਤੇ ਹੀ ਫਸੇ ਹੋਏ ਸੀ ਜਦ ਤੱਕ ਉਸ ਦੇ ਵਾਰਕ ਮੈਂਬਰ ਬਿਹਾਰ ਚ ਉਡੀਕ ਕਰ ਰਹੇ ਹਨ ਪਾਕਿਸਤਾਨ ਟੀਮ ਦੇ ਸਾਬਕਾ ਖਿਡਾਰੀ ਇਜ਼ਮਾਮ ਉਲ হক ਨੇ ਅਰਪਜਨ ਸਿੰਘ ਦੇ ਧਰਮ ਬਦਲ ਦੀ ਤਿਆਰੀ ਕਰਨ ਬਾਰੇ ਕੀਤੇ ਦਾਅਵੇ ਤੋਂ ਬਾਅਦ ਭਾਰਤ ਦੇ ਸਾਬਕਾ ਕ੍ਰਿਕਟ ਨੇ ਉਸੇ ਚੰਗੀ ਖਿਚਾਈ ਕੀਤੀ ਹੈ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪਾਕਿਸਤਾਨ ਟੀਮ ਦੇ ਸਾਬਕਾ ਖਿਡਾਰੀ ਇਜ਼ਮਾਮ ਉਲ ਹੱਕ ਦੀ ਨਿੰਦਾ ਕੀਤੀ ਦਰਸਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਇਜ਼ਮਾਮ ਨੇ ਦਾਅਵਾ ਕੀਤਾ ਕਿ ਹਰਭਜਨ ਸਿੰਘ ਮੁਲਾਨਾ ਤਾਰੀਖ ਜ਼ਮੀਨ ਨਾਲ ਮੁਲਾਕਾਤ ਤੋਂ ਬਾਅਦ ਇਸਲਾਮ ਤारण ਕਰਨ ਦੇ ਕਰੀਬ ਸੀ ਵਾਇਰਲ ਵੀਡੀਓ ਚ ਇਜ਼ਮਾਨ ਕਹਿ ਰਿਹਾ ਹੈ ਕਿ ਪਾਕਿਸਤਾਨ ਚ ਖਿਡਾਰੀਆਂ ਨੇ ਨਮਾਜ਼ ਅਦਾ ਕਰਨ ਲਈ ਵੱਖਰਾ ਕਮਰਾ ਬਣਾਇਆ ਸੀ ਜਿੱਥੇ ਇਰਫਾਨ ਪਠਾਨ ਮੁਹੰਮਦ ਕੈਫ ਅਤੇ ਜ਼ਹੀਰ ਖਾਨ ਦੇ ਨਾਲ ਹੋਰ ਭਾਰਤੀ ਖਿਡਾਰੀ ਵੀ ਜਾਂਦੇ ਸਨ ਉਹ ਨਮਾਜ਼ ਨਹੀਂ ਪੜਾਉਂਦੇ ਸਨ ਪਰ ਮੌਲਾਨਾ ਨੂੰ ਸੁਣਦੇ ਸਨ ਹਰਪਜਨ ਜੋ ਮੌਲਾਨਾ ਤਾਰੀਕ ਜ਼ਮੀਲ ਤੋਂ ਅਣਜਾਣ ਸੀ ਉਸਨੇ ਇੱਕ ਦਿਨ ਮੈਨੂੰ ਕਿਹਾ ਕਿ ਮੇਰਾ ਦਿਲ ਚਾਹੁੰਦਾ ਹੈ ਕਿ ਇਸ ਆਦਮੀ ਯਾਨੀ ਕਿ ਮੌਲਾਨਾ ਆਖ ਰਿਹਾ ਹੈ ਕਿ ਮੈਂ ਉਸ ਦੀ ਗੱਲ ਮੰਨ ਲਵਾਂ ਇਸ ਨੂੰ ਬਕਵਾਸ ਘਰਾਰ ਦਿੰਦਿਆਂ ਹਰਪਜੋਤ ਸਿੰਘ ਨੇ ਲਿਖਿਆ ਕਿ ਇਹ ਕਿਹੜਾ ਨਸ਼ਾ ਪੀ ਕੇ ਗੱਲ ਕਰ ਰਿਹਾ ਮੈਨੂੰ ਭਾਰਤੀ ਤੇ ਸਿੱਖ ਹੋ ਤੇ ਮਾਣ ਹੈ ਇਹ ਬਕਵਾਸ ਬੰਦੇ ਕੁਝ ਵੀ ਕਹਿੰਦੇ ਰਹਿੰਦੇ ਹਨ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚਤ ਤੋਂ ਬਾਅਦ ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਵੀਡੀਓ ਵਿਰੋਧੀ ਧਿਰਾਂ ਦੇ ਹੱਥ ਲੱਗੀ ਹੈ। ਅਕਾਲੀ ਦਲ ਦੇ ਜਰਨਲਿਸਟ ਬਿਕਰਮ ਸਿੰਘ ਜੀਟੀਆ ਨੇ ਬਿਨਾ ਨਾਮ ਲੈ ਕੇ ਕਿਹਾ ਕਿ ਇਹ ਮੰਤਰੀ ਮਾਲਵੇ ਦੇ ਨਾਲ-ਨਾਲ ਮਾਝੇ ਵਿੱਚ ਵੀ ਐਕਟਿਵ ਹੈ। ਇਸ ਦੀ ਵੀਡੀਓ ਮੈਨੂੰ ਕਿਸੇ ਨੇ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਦਿੱਤੀ ਸੀ। ਜਿਸਨੂੰ ਦੇਖ ਕੇ ਮੈਂ ਇਸ ਵੀਡੀਓ ਨੂੰ ਪੈਨ ਡਰਾਈਵ ਵਿੱਚ ਸੇਵ ਕਰਕੇ ਗਿਫਟ ਪੈਕ ਕਰ ਲਿਆ ਸੀ ਮਜੀਠੀਆ ਉਹੀ ਪੈਨ ਡਰਾਈਵ ਗਿਫਟ ਪੈਕ ਵਿੱਚ ਲੈ ਕੇ ਚੰਡੀਗੜ੍ਹ ਆਪਣੇ ਹੈੱਡ ਆਫਿਸ ਪਹੁੰਚੇ ਅਤੇ ਪ੍ਰੈਸ ਕਾਨਫਰੰਸ ਕੀਤੀ ਵਿਕਰਮ ਮਜੀਠੀਆ ਨੇ ਕਿਹਾ ਕਿ ਮੈਂ ਹਲੇ ਤੱਕ ਇਹ ਵੀਡੀਓ ਜਨਤਕ ਨਹੀਂ ਕਰਾਂਗਾ ਕਿਉਂਕਿ ਇਸ ਦੀ ਜਾਣਕਾਰੀ ਸੀਐਮ ਭਗਵੰਤ ਮਾਨ ਨੂੰ ਵੀ ਹੈ ਇਸ ਲਈ ਮੈਂ ਇੰਤਜ਼ਾਰ ਕਰਾਂਗਾ ਕਿ ਸੀਐਮ ਭਗਵੰਤ ਮਾਨ ਉਸ ਮੰਤਰੀ 'ਤੇ ਕਾਨੂੰਨੀ ਕਾਰਵਾਈ ਕਰੇ ਵਿਕਰਮ ਸਿੰਘ ਮਜੀਠੀਆ ਨੇ ਇੱਕ ਫੋਟੋ ਸਾਂਝੀ ਕੀਤੀ ਜਿਸ ਵਿੱਚ ਪੰਜਾਬ ਦੇ ਨਵੇਂ ਕੈਬਨਿਟ ਮੰਤਰੀ ਸੀਐਮ ਭਗਵੰਤ ਮਾਨ ਨੂੰ ਦੀਵਾਲੀ ਮੌਕੇ ਗਿਫਟ ਦੇ ਰਹੇ ਸਨ ਮਜੀਠੀਆ ਨੇ ਕਿਹਾ ਕਿ ਇੰਨਾ ਕੈਬਨਿਟ ਮੰਤਰੀਆਂ ਵਿੱਚੋਂ ਹੀ ਇੱਕ ਦੀ ਵੀਡੀਓ ਹੈ ਮਜੀਠੀਆ ਨੇ ਕਿਹਾ ਕਿ ਮੰਤਰੀ ਭਗਵੰਤ ਮਾਨ ਦਾ ਚਿਹਤਾ ਸੀਆ ਭਗਵੰਤ ਮਾਨ ਦਾ ਖਾਸ ਵੀ ਹੈ ਇਸ ਲਈ ਮੈਂ ਸੀਐਮ ਭਗਵੰਤ ਮਾਨ ਨੂੰ ਮੌਕਾ ਦਿੰਦਾ ਕਿ ਉਹ ਵੀਡੀਓ ਜਨਤਕ ਕਰਨ ਤੋਂ ਪਹਿਲਾਂ ਹੀ ਆਪ ਹੀ ਉਸ ਮੰਤਰੀ ਖਿਲਾਫ ਐਕਸ਼ਨ ਲੈ ਲੈ ਜੇਕਰ ਕਾਰਵਾਈ ਹੋ ਜਾਂਦੀ ਹੈ ਤਾਂ ਅਸੀਂ ਵੀਡੀਓ ਜਨ ਤੱਕ ਨਹੀਂ ਕਰਾਂਗੇ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਅਗਲੀ ਰਣਨੀਤੀ ਕਰਾਂਗੇ ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵੀ ਜਲੰਧਰ ਲੋਕ ਸਭਾ ਜ਼ਿਮਨੀ ਚੋਂ ਤੋਂ ਪਹਿਲਾਂ ਇੱਕ ਮੰਤਰੀ ਦੀ ਸ਼ਲੀਲ ਵੀਡੀਓ ਹੋਣ ਦਾ ਦਾਵਾ ਕੀਤਾ ਸੀ ਹਾਲਾਂਕਿ ਸੁਖਪਾਲ ਖੈਰਾ ਨੇ ਇਹ ਵੀਡੀਓ ਜਨ ਤੱਕ ਤਾਂ ਨਹੀਂ ਕੀਤੀ ਪਰ ਕਥਿਤ ਤੌਰ ਤੇ ਉਸ ਮੰਤਰੀ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ ਯੂਥ ਕਾਲੀ ਦਲ ਵਿੱਚ ਬਲੌਕ ਜਾਂ ਜ਼ਿਲ੍ਹਾ ਪ੍ਰਧਾਨ ਚੁਣਨ ਦੇ ਲਈ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪਵੇਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਜੋੜਨ ਦੇ ਲਈ ਔਨਲਾਈਨ ਡਰਾਈਵ ਸ਼ੁਰੂ ਕੀਤੀ ਹੈ ਇਸ ਦੇ ਨਾਲ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਵਿੱਚ ਨੌਜਵਾਨਾਂ ਨੂੰ 50% ਦੀ ਟਿਕਟਾਂ ਦਿੱਤੀਆਂ ਜਾਣਗੀਆਂ ਲੁਧਿਆਣਾ ਵਿੱਚ ਯੂਥ ਕਾਲੀ ਦਲ ਦੀ ਰੈਲੀ ਨੂੰ ਸਬੋਧਨ ਕਰਦਿਆਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਕਾਲੀ ਦਲ ਦੇ ਵਿਸ਼ਪਾਰ ਵਿੱਚ ਪ੍ਰਤੀ ਸੁਖਬੀਰ ਸਿੰਘ ਦੇ ਬਾਦਲੇ ਕਿਹਾ ਕਿ ਅਕਾਲੀ ਦਲ ਨੇ ਫੈਸਲਾ ਲਿਆ ਕਿ ਨੌਜਵਾਨਾਂ ਨੂੰ ਸਾਰੇ ਉਧਿਆ ਤੇ 50% ਦੀ ਰਾਖਵਾ ਕਰਨ ਦਿੱਤਾ ਜਾਵੇਗਾ ਤੇ ਮੈਰਿਟ ਦੇ ਆਧਾਰ ਤੇ ਅਹੁਦੇ ਦਿੱਤੇ ਜਾਣਗੇ। ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਸਿਫਾਰਿਸ਼ ਨਾਲ ਦੇ 250 ਮੈਂਬਰ ਪਰਤੀ ਕਿਤੇ ਜਾਣਗੇ ਉਹਨਾਂ ਨੂੰ ਯੂਥ ਡੈਲੀਗੇਟ ਨਿਯੁਕਤ ਕੀਤਾ ਜਾਵੇਗਾ। ਇਹ ਡੈਲੀਗੇਟ ਜ਼ਿਲ੍ਹਾ ਪ੍ਰਧਾਨ ਨਾਲ ਸਮੇਤ ਯੂਥ ਕਾਲੀ ਦਲ ਦੀ ਜਥੇਬੰਦੀ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ ਤੇ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨ ਬਣਾਏ ਜਾਣਗੇ ਜੋ 2000 ਤੋਂ ਵੱਧ ਮੈਂਬਰ ਆਪਣੀ ਸਿਫਾਰਿਸ਼ ਤੇ ਬਣਵਾਉਣਗੇ। ਉਹਨਾਂ ਨੇ ਕਿਹਾ ਕਿ ਭਰਤੀ ਮੁਹਿੰਮ ਇਸ ਸਾਲ 31 ਦਸੰਬਰ ਤੱਕ ਪੂਰੀ ਕੀਤੀ ਜਾਵੇਗੀ। ਉਹਨਾਂ ਨੇ ਵੀ ਕਿਹਾ ਕਿ ਇਹ ਭਰਤੀ ਮੁਹਿੰਮ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਚਲਾਈ ਜਾਵੇਗੀ ਤਾਂ ਜੋ ਸਾਰੇ ਦੇਸ਼ਾਂ ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ ਉਹਨਾਂ ਦੇ ਨੌਜਵਾਨ ਵੀ ਅਕਾਲੀ ਦਲ ਦਾ ਹਿੱਸਾ ਬਣ ਸਕਣ ਤੇ ਯੂਥ ਅਕਾਲੀ ਦਲ ਦੀਆਂ ਟੀਮਾਂ ਬਣਾਈਆਂ ਜਾ ਸਕਣ। ਸਿਰਫ ਉਹੀ ਨੌਜਵਾਨ ਜ਼ਿਲ੍ਹਾ ਪ੍ਰਧਾਨਾਂ ਦੇ ਅਹੁਦੇ ਵਾਸਤੇ ਵਿਚਾਰ ਵਿਚਾਰੇ ਜਾਣਗੇ ਜਿਨ੍ਹਾਂ ਦੀ ਉਮਰ 35 ਸਾਲ ਤੱਕ ਹੋਵੇਗੀ ਤੇ ਸੂਬਾ ਪ੍ਰਧਾਨਗੀ ਲਈ ਉਮਰ ਹੱਦ 40 ਸਾਲ ਹੋਵੇਗੀ। 1 ਮਾਰਚ 2014 ਨੂੰ ਲੋਕ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਵਪਾਰ ਅਤੇ ਟੈਕਸ ਵਿਭਾਗ ਦੀ ਇੱਕ ਟੀਮ ਨੇ ਗੁਪਤ ਸੂਚਨਾ ਮਿਲਣ ਤੇ ਕਾਰਵਾਈ ਕੀਤੀ ਸੀ ਇਸ ਕਾਰਵਾਈ ਵਿੱਚ ਟੀਮ ਨੇ 17 ਕਿਲੋ ਸੋਨਾ 226 ਕਿਲੋ ਚਾਂਦੀ ਅਤੇ ਕਰੀਬ 10 ਲੱਖ ਰੁਪਏ ਦੇ ਹੀਰੇ ਜ਼ਬਤ ਕੀਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ 33 ਲੱਖ ਰੁਪਏ ਨਕਦ ਅਤੇ 50 ਲੱਖ ਰੁਪਏ ਤੋਂ ਵੱਧ ਦਾ ਹੋਰ ਕੀਮਤੀ ਸਮਾਨ ਵੀ ਬਰਾਮਦ ਹੋਇਆ ਕੁਝ ਪੋਰਟਰੇਟ 24 ਡੱਬਿਆਂ ਵਿੱਚ ਭਰਿਆ ਸਮਾਨ ਕਿਸੇ ਅਣਪਛਾਤੀ ਥਾਂ ਤੇ ਲਜਾ ਰਹੇ ਸਨ ਉਦੋਂ ਟੀਮ ਨੇ ਉਹਨਾਂ ਦੇ ਹਮਲਾ ਕਰਕੇ ਸਮਾਨ ਜ਼ਬਤ ਕਰ ਲਿਆ ਟੀਮ ਨੇ ਕਿਹਾ ਕਿ ਪੋਟਰਾ ਦੀ ਜਾਂਚ ਕਰਨ ਜਾਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਕਿ ਮਾਲ ਕਿੱਥੋਂ ਆਇਆ ਹੈ ਅਤੇ ਕਿੱਥੇ ਜਾ ਰਿਹਾ ਹੈ ਟੈਕਸ ਅਧਿਕਾਰੀ ਪਹਿਲਾਂ ਬਕਸਿਆਂ ਨੂੰ ਪਾਵਰ ਪਲਾਂਟ ਦੇ ਗੋਦਾਮ ਦੇ ਵਿੱਚ ਲੈ ਗਏ ਬਾਅਦ ਵਿੱਚ ਉਸ ਨੂੰ ਆਈਟੀਓ ਨੇੜੇ ਆਪਣੇ ਦਫ਼ਤਰ ਦੀ ਇਮਾਰਤ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਉਹਨਾਂ ਵੱਲੋਂ ਕੋਈ ਸੂਚੀ ਤਿਆਰ ਨਹੀਂ ਕੀਤੀ ਗਈ ਉੱਥੇ ਕੋਈ ਸੀਸੀਟੀਵੀ ਕਵਰੇਜ ਨਹੀਂ ਲਗਾਏ ਗਏ ਉਸ ਕਮਰੇ ਦੀ ਸੁਰੱਖਿਆ ਦੋ ਪ੍ਰਾਈਵੇਟ ਗਾਰਡਾਂ ਦੇ ਛੱਡ ਦਿੱਤੀ ਗਈ ਕੁਝ ਹੀ ਦਿਨਾਂ ਵਿੱਚ 12 ਕਿਲੋ ਸੋਨਾ 36 ਕਿਲੋ ਚਾਂਦੀ ਅਤੇ 7 ਲੱਖ ਰੁਪਏ ਤੋਂ ਵੱਧ ਦੇ ਨੋਟ ਚੋਰੀ ਹੋ ਗਏ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਵਿਸ਼ਵ ਕੱਪ ਸੈਮੀਫਾਈਨਲ ਦੀਆਂ ਟਿਕਟਾਂ ਦੀ ਕਾਲਾ ਬਾਜ਼ਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਨੇ ਇੱਕ ਵਿਅਕਤੀ ਨੂੰ 1,20,000 ਰੁਪਏ ਦੀਆਂ ਦੋ ਬਲੈਕ ਟਿਕਟਾਂ ਸਮੇਤ ਗ੍ਰਿਫਤਾਰ ਕੀਤਾ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਵਾਨ ਖੇੜੇ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਹੈ। ਜੇ ਜੇ ਮਾਰਗ ਥਾਣੇ ਦੀ ਪੁਲਿਸ ਨੇ ਦੋ ਬਲੈਕ ਟਿਕਟਾਂ ਬਰਾਮਦ ਕੀਤੀਆਂ ਹਨ ਜੋ ਕਿ 1.2 ਲੱਖ ਰੁਪਏ ਦੀਆਂ ਹਨ। ਏ ਵੀਆਈਪੀ ਜਾ ਵਿਸ਼ੇਸ਼ ਮਹਿਮਾਨਾਂ ਲਈ ਸਾਨ ਇਸ ਤੋਂ ਪਹਿਲਾਂ ਪੁਲਿਸ ਨੇ ਵਿਸ਼ਵ ਕੱਪ ਸੈਮੀਫਾਈਨਲ ਦੀ ਜਿੱਕਟਾਂ ਦੀ ਕਾਲਾ ਬਾਜ਼ਾਰੀ ਦੇ ਦੋਸ਼ ਵਿੱਚ ਇੱਕ ਇਵੈਂਟ ਆਯੋਜਕ ਆਕਾਸ਼ ਕਟੋਰੀ ਨੂੰ ਗ੍ਰਿਫਤਾਰ ਕੀਤਾ ਸੀ ਦੇਸ਼ੀ ਰਾਸਥਾਨੀ ਦਿੱਲੀ ਵਿੱਚ ਦੀਵਾਲੀ ਤੋਂ ਬਾਅਦ ਤੋਂ ਲਗਾਤਾਰ ਪ੍ਰਦੂਸ਼ਣ ਦਾ ਪੱਧਰ ਵੱਧ ਰਿਹਾ ਹੈ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਦੀਵਾਲੀ ਦੇ ਇੱਕ ਦਿਨ ਪਹਿਲਾਂ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਸੂਚਕਾਂਕ ਘਟ ਤੇ ਘਟ ਕੇ 300 ਤੋਂ ਨੀਚੇ ਪਹੁੰਚ ਗਿਆ ਸੀ ਜੋ ਕਿ ਵਾਰ ਇੱਕ ਵਾਰ ਫਿਰ ਤੋਂ ਵੱਧ ਕੇ ਮੰਗਲਵਾਰ ਨੂੰ 400 ਦੇ ਪਾਰ ਪਹੁੰਚ ਗਿਆ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਬਣੀ ਹੋਈ ਹੈ। ਆਨੰਦ ਵਿਹਾਰ ਦੇ ਵਿੱਚ AQI 430 ਹੈ। ਉਸ ਤੋਂ ਇਲਾਵਾ ਬਾਕੀ ਏਰੀਆ ਦੇ ਵਿੱਚ ਵੀ 400 ਤੋਂ ਉੱਪਰ ਜਿਹੜਾ ਮਾਪ ਮਾਪਿਆ ਜਾ ਗਿਆ ਹੈ। AQI ਮਾਪਿਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਉੱਤਰ ਪਸ਼ਵੀ ਦਿਸ਼ਾਵਾਂ ਤੋਂ ਚੱਲ ਰਹੀ ਹੈ ਠੰਡੀਆਂ ਹਵਾਵਾਂ ਕਾਰਨ ਪ੍ਰਦੂਸ਼ਿਤ ਕਣ ਵਾਤਾਵਰਣ ਵਿੱਚ ਫੈਲ ਨਹੀਂ ਪਾ ਰਹੇ। ਜਿਸ ਕਾਰਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਠੰਡੀਆਂ ਹਵਾਵਾਂ ਦੇ ਕਾਰਨ ਰਾਤ ਦਾ ਦਾਪਨ ਘਟੇਗਾ ਜਿਸ ਨਾਲ ਔਣ ਵਾਲੇ ਦਿਨਾਂ 'ਚ ਪੱਧਰ ਵਧਣ ਦਾ ਅਨੁਮਾਨ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਦਿੱਲੀ ਦੇ ਵਿੱਚ ਸਵੇਰ ਦੇ ਸਮੇਂ ਹਵਾਵਾਂ ਸ਼ਾਂਤ ਰਹੀਆਂ ਜਿਸ ਕਾਰਨ ਪ੍ਰਦੂਸ਼ਣ ਦੇ ਕਣ ਫੈਲ ਨਹੀਂ ਸਕੇ। ਉੱਤੇ ਹੀ ਉੱਤਰ ਪਛੰਦ ਦਿਸ਼ਾਵਾਂ ਤੋਂ ਚਲੀਆਂ ਮੱਧ ਪੱਦਰ ਦੀਆਂ ਹਵਾਵਾਂ ਨੇ ਸਥਿਤੀ ਨੂੰ ਹੋਰ ਖਰਾਬ ਬਣਾਇਆ। ਸਵੇਰ ਦੇ ਸਮੇਂ ਬੱਦਲ ਵੀ ਛਾਏ ਰਹੇ। ਬੁੱਧਵਾਰ ਨੂੰ ਵੀ ਸਥਿਤੀ ਵਿੱਚ ਸੁਧਾਰ ਦੀ ਉਮੀਦ ਨਹੀਂ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਵਾ ਕੀਤਾ ਹੈ ਕਿ ਨੌਕਰੀ ਲਈ ਜ਼ਮੀਨ ਘੁਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਅਮਿਤ ਕਤਿਆਲ ਨੇ ਰਾਸ਼ਟਰੀ ਜਨਤਾ ਦਲ ਯਾਨੀ ਕਿ ਆਰਜੇਡੀ ਦੇ ਮੁਖੀ ਲਾਲੂ ਯਾਦਵ ਦੀ ਤਰਫੋਂ ਉਮੀਦਵਾਰਾਂ ਤੋਂ ਜ਼ਮੀਨ ਐਕਵਾਇਰ ਕੀਤੀ ਸੀ ਕੇਂਦਰੀ ਏਜੰਸੀ ਨੇ ਹਾਲ ਹੀ ਵਿੱਚ ਕਤਿਆਲ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਫਿਰ 11 ਨਵੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਦਿੱਲੀ ਦੀ ਇੱਕ ਸਥਾਨਕ ਅਦਾਲਤ ਨੇ ਕਤਿਆਲ ਨੂੰ 16 ਨਵੰਬਰ ਤੱਕ ਹਿਰਾਸਤ ਵਿੱਚ ਭੇਜ ਦਿੱਤਾ ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਇਨਫੋਰਸਮੈਂਟ ਡਾਇਰੈਕਟਰ ਨੇ ਦਾਵਾ ਕੀਤਾ ਕਿ ਜਾਂਚ ਵਿੱਚ ਪਾਇਆ ਗਿਆ ਕਿ ਕਤਿਆਲ ਏ ਕੇ ਇਨਫੋਸ ਸਿਸਟਮ ਇਫ ਇਨਫੋਸ ਸਿਸਟਮ ਪ੍ਰਾਈਵੇਟ ਲਿਮਿਟਿਡ ਨਾਮ ਦੀ ਇੱਕ ਕੰਪਨੀ ਦੇ ਡਾਇਰੈਕਟਰ ਸਾਨਾ ਤੇ ਇਸ ਕੰਪਨੀ ਨੇ ਰਾਲੂ ਯਾਦਵ ਦੀ ਤਰਫੋਂ ਉਮੀਦਵਾਰਾਂ ਤੋਂ ਜ਼ਮੀਨ ਐਕਵਾਇਰ ਕੀਤੀ ਸੀ ਏਜੰਸੀ ਨੇ ਦੱਸਿਆ ਕਿ ਇਹ ਕੰਪਨੀ ਡੀ 1088 ਨਿਊ ਫਰੈਂਡਸ ਕਲੋਨੀ ਨਵੀਂ ਦਿੱਲੀ ਦੇ ਪਤੇ ਤੇ ਰਜਿਸਟਰਡ ਹੈ ਇਹ ਲਾਲੂ ਯਾਦਵ ਅਤੇ ਉਹਨਾਂ ਦੇ ਪਰਿਵਾਰ ਦਾ ਕਾਰ ਹੈ ਏਜੰਸੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਜਦੋਂ ਲਾਲੂ ਪ੍ਰਸਾਦ ਯਾਦਵ ਰੇਲ ਮੰਤਰੀ ਸਨ ਤਾਂ ਅਮਿਤ ਨੇ ਉਹਨਾਂ ਨੂੰ ਨਜਾਇਜ਼ ਲਾਭ ਦਿੱਤੇ ਅਤੇ ਉਹਨਾਂ ਨੇ ਇਹ ਜ਼ਮੀਨਾਂ ਆਪਣੀ ਕੰਪਨੀ ਲਈ ਐਕਵਾਇਰ ਕੀਤੀਆਂ ਅਤੇ ਬਾਅਦ ਵਿੱਚ ਲਾਲੂ ਯਾਦਵ ਨੇ ਪਰਿਵਾਰਕ ਮੈਂਬਰਾਂ ਨੂੰ ਟਰਾਂਸਫਰ ਕਰ ਦਿੱਤੀਆਂ ਗਈਆਂ ਐਸਾ ਨਾਜ਼ੀਆ ਕੁਝ ਖਾਸ ਸਟੋਰੀਆਂ ਖਬਰਾਂ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਪੰਜਾਬ ਮਿਲ ਯੂਐਸਸੀ ਟੀਵੀ ਦੇ ਨਾਲ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ